हे गाइस वेलकम टू जीके जीकी टू गाइस पंजाब एजुकेशन रिक्रूटमेंट ਦੇ ਰਿਗਾਰਡਿੰਗ ਅੱਜ 21 1 2021 ਨੂੰ ਇੱਕ ਇੰਪੋਰਟੈਂਟ ਨੋਟੀਫਿਕੇਸ਼ਨ ਅਪਲੋਡ ਹੋਇਆ ਹੈ ਡਿਟੇਲ ਬਾਏ ਤੁਹਾਨੂੰ ਦੱਸਿਆ ਜਾਵੇਗਾ ਇਹ ਜੋ ਨੋਟੀਫਿਕੇਸ਼ਨ ਹੈ ਉਹ ਹੈ ਸਿੱਖਿਆ ਪੱਤੀ ਡਾਇਰੈਕਟੋਰੇਟ ਪੰਜਾਬ ਵੱਲੋਂ ਮਿਤੀ 28 2 2020 ਨੂੰ ਜੋ 3704 ਮਾਸਟਰ ਕੈਡਰ ਅਸਾਮੀਆਂ ਦੀਆਂ ਵਿਅਗਾ ਪੰ ਦਿੱਤਾ ਗਿਆ ਸੀ ਉਸ ਤੇ ਗਾੜਿਕ ਹੈ ਇਸ ਸੰਬੰਧੀ ਵਿਭਾਗ ਵੱਲੋਂ 27 12 2020 28 12 2020 ਅਤੇ ਨੂੰ 1/2021 ਅਤੇ 10/2021 ਨੂੰ ਹੋਏ ਸਬੰਧਤ ਵਿਸ਼ਾ ਪੰਜਾਬੀ ਤੋਂ ਬਿਨਾ ਦੇ ਲਿਖਤੀ ਪੇਪਰ ਦੇ ਅਨਸਰ ਕੀ ਸਬੰਧੀ ਇਤਰਾਜ਼ ਮੰਗੇ ਗਏ ਸਨ ਉਮੀਦਵਾਰਾਂ ਵੱਲੋਂ ਅਨਸਰ ਕੀਤੇ ਪ੍ਰਾਪਤ ਹੋਏ ਇਤਰਾਜ਼ਾਂ ਦਾ ਨਿਪਟਾਰਾ ਕਰਨ ਉਪਰੰਤ ਰੀਵਾਈਜ਼ਡ ਆਨਸਰ ਕੀ ਹੈ ਉਹ ਅਫੀਸ਼ੀਅਲ ਵੈਬਸਾਈਟ ਤੇ ਅਪਲੋਡ ਹੋ ਚੁੱਕੀ ਹੈ ਅਗਰ ਤੁਸੀਂ ਚੈੱਕ ਕਰਨਾ ਚਾਹੁੰਦੇ ਹੋ ਤਾਂ ਉਮੀਦਵਾਰ ਆਪਣੇ ਲੌਗਇਨ ਆਈਡੀ ਤੋਂ ਲੌਗਇਨ ਕਰਕੇ ਆਪਣਾ ਨਤੀਜਾ ਦੇਖ ਸਕਦੇ ਹਨ ਤਾਂ ਇਹ ਇਨਫੋਰਮੇਸ਼ਨ ਮਾਸਟਰ ਕਾਰਡਰ ਦੇ ਕੈਂਡੀਡੇਟਸ ਵਾਸਤੇ ਹੈ ਜੋ ਜਿਨ੍ਹਾਂ ਨੇ ਪੇਪਰ ਦਿੱਤਾ ਸੀ ਅਤੇ ਆਨਸਰ ਕੀ ਦੇ ਰਿਗਾਰਡਿੰਗ ਜਿਨ੍ਹਾਂ ਨੇ ਇਨਕੁਆਰੀ ਪਾਈਸ ਪਾਈਆਂ ਸਨ ਠੀਕ ਹੈ ਜੀ ਉਸ ਦੀ ਜੋ ਇਨਫੋਰਮੇਸ਼ਨ ਹੈ ਉਹ ਅਪਲੋਡ ਹੋ ਚੁੱਕੀ ਹੈ ਤੁਸੀਂ ਆਪਣਾ ਆਈਡੀ ਅਤੇ ਪਾਸਵਰਡ ਕਰ ਕੇ ਫਿਲ ਕਰਕੇ ਤਾਂ ਤੁਸੀਂ ਲੌਗਇਨ ਕਰਕੇ ਆਪਣਾ ਦੇ ਸਕਦੇ ਹੋ ਕਿ ਤੁਹਾਨੂੰ ਅਨਸਰ ਕੀ ਦੇ ਵਿੱਚ ਕਿੰਨੇ ਮਾਰਕਸ ਮਿਲੇ ਹਨ ਤਾਂ गाइस ਜਿੰਨੇ ਵੀ ਤੁਹਾਡੇ ਮਾਰਕਸ ਬਣੇ ਹਨ ਕਮੈਂਟ ਕਰਕੇ ਜਰੂਰ ਦੱਸੋ ਤਾਂ ਕਿ ਸਭ ਨੂੰ ਇਸ ਦੇ ਬਾਰੇ ਜਾਣਕਾਰੀ ਮਿਲ ਸਕੇ ਅਤੇ ਇੱਕ ਆਈਡੀਆ ਲੱਗ ਸਕੇ ਕਿ ਐਕਸਪੈਕਟਡ ਕੱਟ-ਆਫ ਕੀ ਰਹਿ ਸਕਦੀ ਹੈ ਉਮੀਦ ਹੈ ਕਿ ਇਸ ਨੋਟੀਫਿਕੇਸ਼ਨ ਨੇ ਤੁਹਾਨੂੰ ਚੰਗੀ ਖਬਰ ਦਿੱਤੀ ਹੋਏਗੀ ਅਗਰ ਵੀਡੀਓ ਅੱਛੀ ਲੱਗੀ ਤਾਂ ਲਾਈਕ ਕਰੋ ਸਬਸਕ੍ਰਾਈਬ ਕਰੋ ਅਤੇ ਸ਼ੇਅਰ ਕਰੋ ਆਪਣੀ ਫਰੈਂਡਸ ਦੇ ਨਾਲ ਜਿਨ੍ਹਾਂ ਨੇ ਇਸ ਐਗਜ਼ਾਮ ਦੇ ਵਿੱਚ ਇਸ ਐਗਜ਼ਾਮ ਦੇ ਨਾਲ ਰਿਲੇਟ ਕਰਦੇ ਹਨ ਓਕੇ गाइस ਤੁਸੀਂ ਮੈਨੂੰ ਆਪਣਾ ਸੰਬੰਧਿਤਤਾ ਉਸ ਲਈ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੋ ਮੱਚ